ਨਸ਼ਾ ਡਰਦੇ ਲੋਕ ਡਰਦੇ ਕਿ ਉਹ ਨਸ਼ਿਆਂ ਦਾ ਕੀ ਇਤਵਾਰ ਹੁੰਦਾ ਕਦੋਂ ਬੁਲਾ ਲਵੇ ਆ ਕੇ ਡਰਦਾ ਕਹਿੰਦਾ ਨੀ ਜੇ ਕੋਈ ਪੁਲਿਸ ਵਾਲੇ ਦੱਸ ਦਿੰਦੇ ਨਾ ਦੱਸ ਦਿੰਦੇ ਵੀ ਆ ਕੇ ਸ਼ਿਕਾਇਤ ਲਾ ਕੇ ਆ ਸਾਨੂੰ ਕਦੇ ਨੀ ਮਾਰਿਆ ਆਈ ਨੀ ਕਦੇ ਪੁਲਿਸ ਕਦੇ ਨੀ ਆਈ ਕਰਦਾ ਹੀ ਨੀ ਕੋਈ ਡਰਦਾ ਸ਼ਿਕਾਇਤ ਵਾਲਾ ਕੋਈ ਨੀ ਕਰਦਾ ਜਾਂਦਾ ਹੀ ਨੀ ਨਾ ਸ਼ਿਕਾਇਤ ਦੇ ਨਾਂ ਲਈਏ ਤੇ ਬਸ ਛੋਟੇ ਵੱਡੇ ਸਾਰੇ ਆਉਂਦੇ ਇੱਥੇ ਇੱਥੇ ਹੋਣਗੇ ਹੋਣਗੇ ਦੋ ਤਿੰਨ ਸਾਲ ਤੱਕ ਵੀ ਹੋਣਗੇ ਸਾਰਾ ਇੱਧਰ ਕੋਈ ਨੀ ਲੈਂਦਾ ਘਰ ਵਾਲਾ ਲਵੇ ਕੀ ਕਿਹੜਾ ਮੁੱਲ ਲੜਾਈ ਲਵੇ ਇੱਕ ਜਣਾ ਹੋਵੇ ਨਵਾਂ ਰੋਜ਼ ਨਵੇਂ ਆਉਂਦੇ ਇੱਥੇ ਹੋਵੇ ਨਸ਼ਾ ਬੰਦ ਹੋ ਜਾਏ ਇੱਥੇ ਸਫਾਈ ਹੋਵੇ ਸਫਾਈ ਹੋਵੇ ਤੇ ਨਾ ਇੱਥੇ ਗੰਦ ਮੱਚੇ ਨਾ ਟੀਕੇ ਵਾਲੇ ਨਸ਼ੇ ਵਾਲੇ ਆਉਣ ਇੱਥੇ ਮੁੰਡੇ ਇਹ ਨੀ ਪਤਾ ਸਾਨੂੰ ਕੀ ਪਤਾ ਹੁੰਦਾ ਇਹ ਨੀ ਸਾਨੂੰ ਪਤਾ ਟੀਕੇ ਲਾਉਂਦੇ ਇੱਥੇ ਸਾਡੇ ਦੇਖਦੇ ਕਈ ਵਾਰੀ ਇਹ ਤੁਹਾਨੂੰ ਪੁਲਿਸ ਵਾਲਿਆਂ ਨੂੰ ਸਾਰਾ ਪਤਾ ਹੈ ਉਹਨਾਂ ਨੂੰ ਜਿਸ ਤਰ੍ਹਾਂ ਦੇ ਕਹਿੰਦੇ ਸਾਰੇ ਇੱਥੋਂ ਵਾਲੀ ਹੈ ਪਾਰਦੇ ਆ ਮੋਰਦੇ ਆ ਹੁਣ ਅਸੀਂ ਕੋਲੇ ਥੋੜੀ ਜਿਹੀ ਨਸ਼ਾ ਦੁਕਾਨਦਾਰੀ ਹੈ ਦੁਕਾਨਦਾਰੀ ਕਰਨੀ ਤੇ ਉੱਥੇ ਸਰਿੰਜਾਂ ਪਈਆਂ ਤਾਂ ਕੋਈ ਲਾਉਂਦੇ ਹੀ ਹੁਣ ਟਿਕਟ ਟੁਕ ਲਾਉਂਦੇ ਹੀ ਆ ਲੋਕ ਪ੍ਰਸ਼ਾਸਨ ਆਪਦੀ ਕਰਦਾ ਹੀ ਹੈ ਜਿੰਨਾ ਕੁ ਹੋ ਸਕੇ ਲੇਕਿਨ ਫਿਰ ਵੀ ਆ ਜਾੜੀਆਂ ਜੁੜੀਆਂ 'ਚ ਹੁਣ ਆਹ ਧਰਮਨਗਰੀ ਇੱਧਰ ਪੰਜ ਪੀਰ ਵਾਲੇ ਪਾਸੇ ਆਹ ਜਾੜੀਆਂ ਜਿਹੜੀਆਂ ਇੱਥੇ ਉਹਨਾਂ ਨੂੰ ਬੈਠੇ ਸੀ ਟੀਕਿਆਂ ਨੇ ਟਿਕਟ ਟੁਕ ਲਾਈ ਤੁਰੇ ਜਾਂਦੇ ਸੀ ਐਕਚੁਲੀ ਨਹੀਂ ਵੱਧਦੀ ਰਹਿੰਦਾ ਮੈਨੂੰ ਤਾਂ ਇੱਥੇ ਬਾਰੇ ਲੇਕਿਨ ਮੈਂ ਟੱਪਿਆ ਇੱਥੇ ਵੇਖਿਆ ਵੀ ਹੁਣ ਕਰਦੇ ਪਏ ਸੀ ਹੰਸਰਾਜ ਐਮ ਸੀ ਵਾਰਡ ਨੰਬਰ 15 ਵੀ ਪਹਿਲਾਂ ਤਾਂ ਸ਼ਰਾਬ ਸ਼ਰੂਬ ਪੀਂਦਾ ਸੀ ਇਹ ਮੇਰਾ ਮੁੰਡਾ ਹੈ ਅਤੇ ਫਿਰ ਇਹਨਾਂ ਵੀ ਸ਼ਰਾਬ ਸ਼ਰੂਬ ਤਲਾਕ ਲੈ ਗਈ ਮੇਰੇ ਨੂੰ ਅਤੇ ਫਿਰ ਇਸ ਤੋਂ ਬਾਅਦ ਇਹ ਵੱਧਦਾ ਹੀ ਗਿਆ ਘਟਿਆ ਨਹੀਂ ਗਾ ਹੁਣ ਇਹ ਟੀਕਿਆਂ ਦੇ ਚੱਕਰ 'ਚ ਪੈ ਗਏ ਹੁਣ ਦਿਓ ਮੈਨੂੰ ਪੈਸੇ ਅਸੀਂ ਕਿੱਥੋਂ ਲਿਆ ਦਿਓ ਬੁੱਢਾ ਬੰਦਾ ਹੈਗਾ ਕੰਮ ਆਉਂਦਾ ਨਹੀਂ ਕਦੇ ਮੈਂ ਕੜੀ ਭਰਜਾਈ ਤੋਂ ਮੰਗਣ ਜਾਂਦੀ ਹਾਂ ਕਦੇ ਕਹਿੰਦੇ ਤਾਂ ਕਦੇ ਕੋਈ ਚੀਜ਼ ਲੈ ਜਾਂਦਾ ਕਦੇ ਕੋਈ ਲੈ ਜਾਂਦਾ ਕਦੇ ਸਿਲੰਡਰ ਲੈ ਗਿਆ ਹੁਣ ਮੋਟਰਸਾਈਕਲ ਸੀ ਉਹ ਲੈ ਗਿਆ ਮੈਂ ਤਾਂ ਅੱਕ ਗਈ ਹਾਂ ਹੁਣ ਜੀ ਕਰਦਾ ਕੀ ਕਰਾਂ ਮੋਟਰਸਾਈਕਲ ਰੱਖ ਕੇ ਤੇ ਟੀਕੇ ਲੈਂਦੇ ਕਿਹਦਾ ਕਿਹਦੇ ਕੋਲ ਲੈਂਦਾ ਨਹੀਂ ਲੈਂਦਾ ਸਾਨੂੰ ਕੋਈ ਪਤਾ ਨਹੀਂ ਅਤੇ ਨਸ਼ਾ ਕਰ ਲੈਂਦਾ ਲੈ ਜਾਂਦਾ ਸਵੇਰੇ ਫਿਰ ਕਹਿੰਦਾ ਮੇਰੇ ਲੱਤਾਂ ਗਈਆਂ ਮੈਨੂੰ ਦੇ 500 ਅਸੀਂ ਕਿੱਥੋਂ ਦੇਈਏ ਫਿਰ ਤੋੜ ਪੰਨ ਮਾਰ ਕੁੱਟ ਕਰਦਾ ਅਸੀਂ ਤਾਂ ਸਰਕਾਰ ਤੋਂ ਇਹ ਕਰਨਾ ਵੀ ਸਾਡਾ ਸੁਧਾਰਿਆ ਜਾਵੇ ਪੈਸਾ ਹੁਣ ਸਾਡੇ ਕੋਲ ਹੈ ਕੋਈ ਨਹੀਂ ਬੁੱਢਾ ਬਣਦਾ ਕਦੇ 150 ਬਣਦਾ ਕਦੇ ਨਹੀਂ ਬਣਦਾ ਰੇੜੀ ਖੋਤੀ ਦਾ ਕਰਦਾ ਭਾਜੀ ਅਸੀਂ ਨਸ਼ੇ ਵੱਲ ਬਹੁਤ ਕਰਦੇ ਬੱਚੇ ਬੜਾ ਤੰਗ ਕਰਦੇ ਸਾਨੂੰ ਕਦੇ ਸਿਲੰਡਰ ਚੱਕ ਕੇ ਲੈ ਜਾਂਦੇ ਕਦੇ ਚੁੱਲ੍ਹਾ ਚੱਕ ਕੇ ਲੈ ਜਾਂਦੇ ਕਦੇ ਕੁਛ ਲੈ ਜਾਂਦੇ ਚੱਕ ਕੇ ਵੀ ਨਸ਼ਾ ਬਹੁਤ ਕਰਦੇ ਸਾਨੂੰ ਤੰਗ ਕਰਦੇ ਕੰਮ ਕਰਨ ਜਾਂਦੇ ਹਾਂ ਕੋਈ 4 ਰੁਪਏ ਕਮਾ ਕੇ ਲੈਂਦੇ ਹਾਂ ਸਾਡੇ ਕੋਲ ਉਹ ਵੀ ਖੋ ਕੇ ਲੈ ਜਾਂਦੇ ਅਸੀਂ ਰੋਟੀ ਤੋਂ ਵੀ ਤੰਗ ਹੋ ਜਾਂਦੇ ਹਾਂ ਬਹੁਤ ਹੀ ਕੀ ਕਰੀਏ ਕਿੱਧਰ ਜਾਈਏ ਅਸੀਂ ਕੰਮ ਕਰਕੇ ਵੀ ਨਹੀਂ ਖਾਣ ਦਿੰਦੇ ਸਾਨੂੰ ਕੁਛ ਇੱਕ ਨਸ਼ਾ ਜਿਹੜੇ ਇੱਥੇ ਵੇਚਦੇ ਹੈ ਉਹ ਵੀ ਪੁਲਿਸ ਆਉਂਦੀ ਹੈ ਖਰਚਾ ਪਾਣੀ ਲੈਂਦੀ ਹੈ ਅਗਲੇ ਚਲੇ ਜਾਂਦੇ ਹੈ ਉਹ ਵੀ ਉਹਨਾਂ ਦੇ ਨਾਲ ਮਿਲੇ ਹੋਏ ਹੈ ਮਤਲਬ ਅਸੀਂ ਕੀ ਕਰ ਸਕਦੇ ਬਹੁਤ ਤੰਗ ਕਰਦੇ ਆ ਬੱਚੇ ਕੀ ਕਰੀਏ ਕਿੱਥੇ ਜਾਈਏ ਅਸੀਂ ਫਿਰ ਉਹਨੇ ਕਰ ਲੈਂਦੇ ਹਾਂ ਸਬਜ਼ੀ ਤੋਂ ਵੀ ਬੈਠੇ ਰਹਿੰਦੇ ਹਾਂ ਕਿਸੇ ਵੇਲੇ ਤਾਂ ਨਾ ਕੋਈ ਸਬਜ਼ੀ ਵਾਸਤੇ ਅਤੇ ਨਾ ਕੋਈ ਸਾਡੇ ਕੋਲ ਰੋਟੀ ਵਾਸਤੇ ਪਿਆ ਸੀ ਇੱਥੇ ਬੜੇ ਜਣੇ ਵੇਚਦੇ ਨੇ ਬਹੁਤ ਮੁੱਲੇ ਦੇ ਵਿੱਚ ਬਹੁਤ ਗੰਦ ਪਿਆ ਹੋਇਆ ਬੜੇ ਕਾਫੀ ਜਣੇ ਵੇਚਦੇ ਆ ਇੱਥੇ ਤਾਂ ਹਾਂਜੀ ਉਹ ਵੀ ਟੀਕੇ ਲਾਉਂਦੇ ਇੰਜੈਕਸ਼ਨ ਲਾਉਂਦੇ ਆ ਵੀ ਹਾਂਜੀ ਕਿ 10-10 ਸਾਲਾਂ ਦੀ 11-11 ਸਾਲਾਂ ਦੀ ਉਮਰ ਹੋਏਗੀ ਵਿੱਚ ਮਤਲਬ ਵਿੱਚ ਉਹ ਕੁੜੀਆਂ ਵੀ ਲਾਉਂਦੀਆਂ ਵਿੱਚ ਡਾਕਟਰ ਗੋਲੀਆਂ ਵੀ ਵੇਚਦੇ ਆ ਸਾਰਾ ਕੁਛ ਕਰਦੇ ਆ ਇੱਥੇ ਇਹ ਹੈਗੀ 15-16 ਸਾਲਾਂ ਦੀ ਕੁੜੀ ਹੈਗੀ ਹੈ ਉਹ ਵੀ ਲਾਉਂਦੀਆਂ ਟੀਕੇ ਨਸ਼ਾ ਛੁਡਾਓ ਕੇਂਦਰ ਅਬੋਹਰ ਦੀ ਜੇ ਗੱਲ ਕਰੀਏ ਤਾਂ ਸਾਡੇ ਕੋਲ ਹੁਣ ਤੱਕ 176 ਪੇਸ਼ੈਂਟ ਐਡਮਿਟ ਹੋ ਗਏ ਇੱਥੋਂ ਟ੍ਰੀਟਮੈਂਟ ਲੈ ਚੁੱਕੇ ਨੇ ਅਤੇ ਓ ਪੀ ਡੀ ਪੇਸ਼ੈਂਟਸ ਦੀ ਜੇ ਗੱਲ ਕਰੀਏ 12,436 ਪੇਸ਼ੈਂਟ ਸਾਡੇ ਕੋਲ ਓ ਪੀ ਡੀ ਸੇਵਾਵਾਂ ਦੇ ਚੁੱਕੇ ਨੇ ਜ਼ਿਆਦਾਤਰ ਯੰਗ ਪੇਸ਼ੈਂਟ ਹੁਣ ਜ਼ਿਆਦਾ ਆ ਰਹੇ ਨੇ 17-35 ਸਾਲ ਦੇ ਵਿੱਚ ਨਹੀਂ ਜ਼ਿਆਦਾਤਰ ਪੇਸ਼ੈਂਟਸ ਹੁਣ ਰੀਸੈਂਟਲੀ ਇੱਕ 16 ਸਾਲ ਦਾ ਬੱਚਾ ਵੀ ਸਾਡੇ ਕੋਲ ਟ੍ਰੀਟਮੈਂਟ ਸ਼ੁਰੂ ਕਰਵਾਇਆ ਉਹਨੇ ਨਸ਼ਾ ਹੁਣ ਜਿਹੜੇ ਨਵੇਂ ਪੇਸ਼ੈਂਟ ਆ ਰਹੇ ਨੇ ਇਹ ਜ਼ਿਆਦਾਤਰ ਚਿੱਟੇ ਵਾਲੇ ਕਰਨ ਵਾਲੇ ਆ ਰਹੇ ਬਾਕੀ ਜਿਹੜੇ ਪੁਰਾਣੇ ਪੇਸ਼ੈਂਟਸ ਨੇ ਜਿਹੜੇ ਬਜ਼ੁਰਗ ਨੇ ਉਹ ਜਿਹੜੇ ਦੂਜੇ ਸੀਗੇ ਨਸ਼ੇ ਅਫੀਮ ਪੋਸਟ ਵਗੈਰਾ ਉਹ ਉਸ ਟਾਈਪ ਦੇ ਨਸ਼ੇ ਲੈਂਦੇ ਨੇ ਗਰਲਸ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਕੁੜੀਆਂ ਸਾਹਮਣੇ ਨਹੀਂ ਆ ਪਾਉਂਦੀਆਂ ਪੇਸ਼ੈਂਟਸ ਤਾਂ ਹੈਗੇ ਨੇ ਕਈ ਲਗਭਗ 5 ਪੇਸ਼ੈਂਟ ਸਾਡੇ ਕੋਲ ਓ ਪੀ ਡੀ ਬੇਸਿਸ ਟ੍ਰੀਟਮੈਂਟ ਲੈ ਚੁੱਕੀਆਂ ਫੀਮੇਲ ਅਬੋਹਰ ਦੇ ਵਿੱਚੋਂ ਅਤੇ ਜਿਨ੍ਹਾਂ ਦੇ ਵਿੱਚੋਂ ਫਾਜ਼ਿਲਕਾ ਦੇ ਵਿੱਚ ਵੀ ਅਸੀਂ ਐਡਮਿਟ ਕੀਤੇ ਨੇ 2 ਪੇਸ਼ੈਂਟਸ ਨੂੰ ਅੱਜ ਦੀ ਡੇਟ ਤੱਕ ਅਸੀਂ 2 ਪੇਸ਼ੈਂਟ ਐਡਮਿਟ ਕਰਕੇ ਉਹਨਾਂ ਦਾ ਟ੍ਰੀਟਮੈਂਟ ਕਰ ਚੁੱਕੇ ਕਰੰਟਲੀ ਅੱਜ ਦੀ ਡੇਟ ਦੇ ਵਿੱਚ ਗੱਲ ਕਰੀਏ ਤਾਂ 2 ਪੇਸ਼ੈਂਟ ਅਸੀਂ ਕੋਰ ਸੈਂਟਰ ਦੇ ਵਿੱਚੋਂ ਅਸੀਂ ਟ੍ਰੀਟਮੈਂਟ ਦੇ ਇਹ ਹੀਰੋਇਨ ਦੀਆਂ ਨੇ ਫੀਮੇਲ ਜਿੰਨੀਆਂ ਵੀ ਸਾਹਮਣੇ ਆਈਆਂ ਨੇ ਉਹ ਹੀਰੋਇਨ ਦੀਆਂ ਹੀ ਸੀ ਇਸ ਤੋਂ ਇਲਾਵਾ ਤਾਂ ਕੁੜੀਆਂ ਦੀ ਏਜ 20 ਪਲੱਸ ਦੇ ਆਸ ਪਾਸ ਹੈ 20-30 ਦੀ ਉਮਰ ਦੀ ਸਾਨੂੰ ਕੁਛ ਸ਼ਿਕਾਇਤਾਂ ਆਈਆਂ ਨੇ ਧਰਮਨਗਰੀ ਤੋਂ ਗਾਇਬ ਗਾਏ ਦੀ ਅੱਗੇ ਚੈਕਿੰਗ ਕਰਦੇ ਰਹੇ ਹਾਂ ਪਰ ਹੁਣ ਸਾਨੂੰ ਸ਼ਿਕਾਇਤਾਂ ਆਈਆਂ ਨੇ ਕੁਛ ਅਤੇ ਹੁਣ ਅਸੀਂ ਥੋੜ੍ਹਾ ਜਿਹਾ ਲਗਾਤਾਰ ਇੱਥੇ ਚੈਕਿੰਗ ਕਰ ਰਹੇ ਹਾਂ ਸਾਨੂੰ ਜੋ ਵੀ ਮਿਲੇਗਾ ਅਸੀਂ ਉਹਦੇ ਖਿਲਾਫ ਸਖ਼ਤ ਕਾਰਵਾਈ ਕਰਾਂਗੇ ਇਹ ਮੇਰੀ ਨੌਲੇਜ 'ਚ ਹੋਣੀ ਆਇਆ
ਇਹ ਅਸੀਂ ਚੈੱਕ ਕਰ ਰਹੇ। ਅਬੋਹਰ ਦਾ ਦੌਰਾ ਕੀਆ, ਵਹਾਂ ਪੇ ਅਲੱਗ ਅਲੱਗ ਇਲਾਕੋ ਮੇਂ ਕਾਫੀ ਜੋ ਇੰਜੈਕਸ਼ਨ ਵਗੈਰਾ ਪਾਏ ਗਏ ਹੈ ਮੁਹੱਲੇ ਮੇਂ, ਔਰ ਲੋਕੋ ਕੀ ਸ਼ਿਕਾਇਤ ਹੈ ਕਿ ਯਹਾਂ ਪੇ ਛੋਟੇ ਬੱਚੇ ਵੀ ਆਕਰ ਨਸ਼ਾ ਕਰਤੇ ਹੈਂ, ਵਹਾਂ ਪਰ ਕੈਸੇ? देखो स्पेसिफिक इंफॉर्मेशन यदि आपके पास है तो आप बिल्कुल हमें इसका इंफॉर्मेशन प्रोवाइड कीजिए। मतलब कल जो ऑपरेशन किया गया इसमें 2260 गोलियां पकड़ी गई है, वैसे सिरिंज और ऐसे कोई क्योंकि ये जो सिरिंज और ये होते हैं मेडिकल शॉप पे मिलते हैं और इसके लिए हम ड्रग इंस्पेक्टर उनकी सहायता लेके वो भी हम एक जॉइंट मुहिम चलाएंगे।